ਸਤਿ ਸ਼੍ਰੀ ਅਕਾਲ ਦੋਸਤੋ, ਟੌਪ 10 ਬੈਸਟ ਲਿਸਟ ਐਵਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਕਿੱਦਾਂ ਇੱਕ ਸ਼ਰੀਫ ਜਿਹਾ ਮੁੰਡਾ ਗੈਂਗਸਟਰ ਬਣਿਆ। ਹਾਂਜੀ ਦੋਸਤੋ, ਗੱਲ ਕਰ ਰਹੇ ਹਾਂ ਸੁੱਖ ਕਾਲੋ ਦੇ ਜੀਵਨ ਦੀ। ਪੂਰੀ ਜਾਣਕਾਰੀ ਲੈਣ ਦੇ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਤੇ ਜੇ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਿਓ, ਕਿਉਂਕਿ ਅਜਿਹੀਆਂ ਵੀਡੀਓਜ਼ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹੀ ਰਵਾਂਗੇ। ਤੇ ਸ਼ੁਰੂ ਕਰਦੇ ਹਾਂ, ਗੌਰ ਕਰਿਓ। ਸੁੱਖ ਕਾਲੋ ਦਾ ਜਨਮ 21 ਜੂਨ ਨੂੰ ਜਲੰਧਰ ਅੰਮ੍ਰਿਤਸਰ ਰੋਡ ਤੇ ਪੈਂਦੇ ਪਿੰਡ ਕਾਹਲੋ 'ਚ ਪਿਤਾ ਦਰਸ਼ਨ ਸਿੰਘ ਤੇ ਮਾਤਾ ਹਰਜਿੰਦਰ ਕੌਰ ਦੇ ਜੱਟ ਜ਼ਿਮੀਂਦਾਰ ਘਰ ਹੋਇਆ। 2004 ਵਿੱਚ ਉਸਦੇ ਮਾਤਾ ਪਿਤਾ ਨੂੰ ਅਮਰੀਕਾ ਦਾ ਵੀਜ਼ਾ ਮਿਲ ਗਿਆ, ਪਰ ਪਿੰਡ ਵਿੱਚ ਧੜੇਬਾਜ਼ੀ ਹੋਣ ਕਰਕੇ ਇੱਕ ਪਰਚੇ ਵਿੱਚ ਸੁੱਖੇ ਦਾ ਨਾਂ ਆ ਗਿਆ। ਪਰਚੇ ਕਰਕੇ ਉਸਦੇ ਪਾਸਪੋਰਟ ਵਿੱਚ ਰੁਕਾਵਟ ਆ ਗਈ। ਪਿੰਡ ਵਿੱਚ ਮਾਸੀ ਕੋਲ ਛੱਡ ਕੇ ਹੀ ਉਸਦੇ ਮਾਤਾ ਪਿਤਾ ਅਮਰੀਕਾ ਚਲੇ ਗਏ। ਪਿੰਡ ਦੇ ਬਸਤੀ ਮਿੱਠੂ ਸਕੂਲ 'ਚ ਸੁੱਖੇ ਦੀ ਪੜ੍ਹਾਈ ਚੱਲੀ ਤੇ ਉੱਥੇ ਉਸਦੇ ਕਈ ਦੋਸਤ ਬਣੇ। ਇਹਨਾਂ 'ਚੋਂ ਲਵਲੀ ਬਾਬਾ, ਪਾਨਾ, ਪ੍ਰੇਮ ਸਿੰਘ, ਵਿੱਕੀ ਗੋਂਡਰ ਕੁਝ ਖਾਸ ਦੋਸਤ ਸੀ। ਸੁੱਖਾ ਹਮੇਸ਼ਾ ਆਪਣੇ ਦੋਸਤਾਂ ਨਾਲ ਛੋਟੀਆਂ ਮੋਟੀਆਂ ਲੜਾਈਆਂ ਵਿੱਚ ਖੜਦਾ ਰਹਿੰਦਾ ਸੀ। ਸਰੀਰ ਤੋਂ ਭਾਵੇਂ ਉਹ ਕਮਜ਼ੋਰ ਸੀ, ਪਰ ਦਲੇਰ ਬੜਾ ਸੀ। ਇਹਨਾਂ ਛੋਟੀਆਂ ਮੋਟੀਆਂ ਲੜਾਈਆਂ ਦਾ ਹਿੱਸਾ ਬਣਦਿਆਂ ਹੀ ਸੁੱਖੇ ਨੂੰ ਖੁਦ ਨਹੀਂ ਪਤਾ ਲੱਗਾ ਕਿ ਉਹ ਕਦੋਂ ਬਦਮਾਸ਼ੀ ਦੇ ਰਾਹ ਵੱਲ ਤੁਰ ਪਿਆ ਤੇ ਇੱਕ ਕਤਲ ਦੇ ਕੇਸ ਵਿੱਚ ਸੁੱਖੇ ਦਾ ਨਾਂ ਆ ਗਿਆ। ਇਸ ਤੋਂ ਬਾਅਦ ਸੁੱਖੇ ਨੂੰ ਬਦਮਾਸ਼ੀ ਦੇ ਰਾਹ 'ਚੋਂ ਨਿਕਲਣ ਦਾ ਇੱਕ ਮੌਕਾ ਵੀ ਮਿਲਿਆ, ਜਦੋਂ ਉਸਨੂੰ ਇੱਕ ਕੁੜੀ ਦੇ ਨਾਲ ਪਿਆਰ ਹੋ ਗਿਆ। ਕੁੜੀ ਵੀ ਮੰਨ ਗਈ ਸੀ, ਕੁੜੀ ਦੇ ਘਰ ਵਾਲੇ ਔਖੇ ਮੰਨੇ, ਪਰ ਅੰਤ ਕੁੜੀ ਦੀ ਜਿੱਦ ਕਾਰਨ 11 ਅਕਤੂਬਰ 2008 ਵਿੱਚ ਦੋਵਾਂ ਦਾ ਵਿਆਹ ਹੋਇਆ। ਕੁੜੀ ਆਇਲਟਸ ਕਰ ਰਹੀ ਸੀ ਤੇ ਸਟੱਡੀ ਵੀਜ਼ਾ ਤੇ ਆਸਟ੍ਰੇਲੀਆ ਜਾਣ ਵਾਲੀ ਸੀ। ਇਸ ਤੋਂ ਬਾਅਦ ਸੁੱਖਾ ਵੀ ਉਸ ਨਾਲ ਆਸਟ੍ਰੇਲੀਆ ਚਲਾ ਗਿਆ। ਸੁੱਖਾ ਵੀ ਉੱਥੇ ਕੈਬ ਚਲਾਉਣ ਲੱਗ ਗਿਆ ਤੇ ਉਸਦੀ ਪਤਨੀ ਪੜ੍ਹਾਈ ਦੇ ਨਾਲ ਨਾਲ ਜੌਬ ਵੀ ਕਰਨ ਲੱਗ ਗਈ। ਪਰ ਕੁਝ ਹੀ ਮਹੀਨਿਆਂ ਬਾਅਦ ਦੋਵਾਂ ਦਾ ਝਗੜਾ ਹੋ ਗਿਆ। ਕਦੇ ਕਾਰਨ ਲੇਟ ਆਉਣ ਦਾ ਹੁੰਦਾ ਸੀ ਤੇ ਕਦੇ ਕੋਈ। ਸੁੱਖਾ ਉਸਨੂੰ ਛੱਡ ਕੇ ਕੁਝ ਮਹੀਨਿਆਂ ਬਾਅਦ ਇੰਡੀਆ ਵਾਪਸ ਆ ਗਿਆ ਤੇ ਕਾਰਨ ਦੱਸਿਆ ਕਿ ਕੁੜੀ ਉੱਥੇ ਜਾ ਕੇ ਗਲਤ ਹੋ ਗਈ ਤੇ ਸੁੱਖੇ ਨੇ ਫਿਰ ਬਦਮਾਸ਼ੀ ਦੀ ਦੁਨੀਆ ਦੇ ਵਿੱਚ ਕਦਮ ਰੱਖਿਆ ਤੇ ਇੰਡੀਆ ਆਉਂਦਿਆਂ ਹੀ ਉਸਦਾ ਦੋਸਤ ਲਵਲੀ ਕਤਲ ਦੇ ਕੇਸ ਵਿੱਚ ਸੀ ਤੇ ਸੁੱਖੇ ਨੇ ਉਸਨੂੰ ਸੁਲਾਹ ਕਰਨ ਦੇ ਲਈ ਕਿਹਾ, ਪਰ ਉਸਨੇ ਮਨਾ ਕਰ ਦਿੱਤਾ। ਇਸ ਦੇ ਨਤੀਜੇ ਵਜੋਂ ਲਵਲੀ ਨੂੰ ਜੇਲ੍ਹ ਹੋ ਗਈ ਤੇ ਇਸ ਦਾ ਇਲਜ਼ਾਮ ਸੁੱਖੇ ਦੇ ਸਿਰ ਤੇ ਆ ਗਿਆ। ਜਦੋਂ ਲਵਲੀ ਜੇਲ੍ਹ ਤੋਂ ਬਾਹਰ ਆਇਆ ਤਾਂ ਦੋਵਾਂ ਦੇ ਵਿੱਚ ਝੜਪ ਹੋ ਗਈ, ਜਿੱਥੇ ਕਿ ਸੁੱਖਾ ਇਕੱਲਾ ਸੀ ਤੇ ਲਵਲੀ ਆਪਣੇ 4-5 ਸਾਥੀਆਂ ਨਾਲ ਗਿਆ ਸੀ। ਸੁੱਖੇ ਨੇ ਪਿਸਟਲ ਕੱਢ ਲਈ ਤੇ ਸੁੱਖੇ ਦੇ ਦਲੇਰੀ ਦੇ ਚਰਚੇ ਚਾਰੇ ਪਾਸੇ ਹੋਣ ਲੱਗੇ। ਇਸ ਤੋਂ ਬਾਅਦ ਲਵਲੀ ਤੇ ਕੁਝ ਅਣਪਛਾਤੇ ਬੰਦਿਆਂ ਨੇ ਹਮਲਾ ਕੀਤਾ ਤੇ ਲਵਲੀ ਦੀ ਮੌਤ ਹੋ ਗਈ। ਇਸ ਕੇਸ ਵਿੱਚ ਸੁੱਖੇ ਦਾ ਨਾਮ ਵੀ ਆਇਆ। ਜਦੋਂ ਇਸ ਗੱਲ ਦੀ ਸੂਹ ਸੁੱਖੇ ਨੂੰ ਲੱਗੀ ਤੇ ਸੁੱਖਾ ਫਰਾਰ ਹੋ ਗਿਆ ਤੇ ਸੁੱਖੇ ਦੇ ਦੁਸ਼ਮਣਾਂ ਦੀ ਗਿਣਤੀ 'ਚ ਦਿਨੋ ਦਿਨ ਵਾਧਾ ਹੁੰਦਾ ਗਿਆ ਤੇ ਸੁੱਖੇ ਦਾ ਖਾਸ ਦੋਸਤ ਵਿੱਕੀ ਗੋਂਡਰ ਵੀ ਹੁਣ ਉਸਦੇ ਵਿਰੁੱਧ ਹੋ ਚੁੱਕਾ ਸੀ। ਸੁੱਖੇ ਦੇ ਇੰਡੀਆ ਦੀਆਂ ਕਈ ਥਾਵਾਂ ਤੇ ਕੇਸ ਦਰਜ ਹੋਏ, ਜਿਨ੍ਹਾਂ 'ਚੋਂ ਕਲਕੱਤਾ, ਰਾਜਸਥਾਨ ਤੇ ਹੋਰ ਵੀ ਕਈ ਸ਼ਹਿਰ ਸ਼ਾਮਲ ਹਨ। ਸੁੱਖੇ ਵੱਲੋਂ ਕੀਤੇ ਗਏ 100 ਅਪਰਾਧਾਂ 'ਚੋਂ 50 ਕੇਸ ਦਰਜ ਹੋਏ, ਜਿਨ੍ਹਾਂ ਵਿੱਚੋਂ 18 ਤੇ ਸੁਣਵਾਈ ਚੱਲ ਰਹੀ ਸੀ। ਇਸ ਤੋਂ ਬਾਅਦ ਉਸਦੀ ਪਤਨੀ ਨੇ ਇਹ ਕਹਿ ਕੇ ਸੁੱਖੇ ਨੂੰ ਡਿਵੋਰਸ ਦੇ ਦਿੱਤਾ ਕਿ ਸੁੱਖੇ ਵੱਲੋਂ ਉਸਨੂੰ ਦਾਜ ਲਈ ਤੰਗ ਕੀਤਾ ਜਾਂਦਾ ਹੈ, ਪਰ ਸੁੱਖੇ ਵੱਲੋਂ ਕਦੇ ਵੀ ਦਾਜ ਦੀ ਮੰਗ ਨਹੀਂ ਸੀ ਕੀਤੀ ਗਈ, ਇਸ ਕਰਕੇ ਕੋਰਟ ਦੀ ਸੁਣਵਾਈ ਵਿੱਚੋਂ ਪੇਸ਼ ਨਹੀਂ ਹੋਇਆ। ਪਰ ਸੁੱਖੇ ਦੇ ਮਾੜੇ ਰਿਕਾਰਡ ਨੂੰ ਦੇਖਦੇ ਹੋਏ ਕੋਰਟ ਨੇ ਤਲਾਕ ਲਈ ਇਜਾਜ਼ਤ ਦੇ ਦਿੱਤੀ। ਸੁੱਖਾ ਇਸ ਬਦਮਾਸ਼ੀ ਦੇ ਰਾਹ ਤੋਂ ਦੂਰ ਤਾਂ ਹੋਣਾ ਚਾਹੁੰਦਾ ਸੀ, ਪਰ ਉਹ ਇਸ ਵਿੱਚ ਬੁਰੀ ਤਰ੍ਹਾਂ ਫਸ ਚੁੱਕਾ ਸੀ। 21 ਜਨਵਰੀ 2015 ਨੂੰ ਜਲੰਧਰ ਤੋਂ ਪੇਸ਼ੀ ਤੋਂ ਬਾਅਦ ਪੁਲਿਸ ਸੁੱਖੇ ਨੂੰ ਨਾਭਾ ਜੇਲ੍ਹ ਲੈ ਕੇ ਜਾ ਰਹੀ ਸੀ, ਪਰ ਗੋਰਾਇਆ ਨੇੜੇ ਅਣਪਛਾਤੇ ਬੰਦਿਆਂ ਵੱਲੋਂ ਪੁਲਿਸ ਵਾਲੀ ਗੱਡੀ ਘੇਰ ਕੇ ਸੁੱਖੇ ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਗਿਆ ਤੇ ਸੁੱਖੇ ਦੀ ਮੌਕੇ ਤੇ ਹੀ ਮੌਤ ਹੋ ਗਈ। ਤੇ ਮਾਰਨ ਮਗਰੋਂ ਉਹਨਾਂ ਬੰਦਿਆਂ ਨੇ ਭੰਗੜਾ ਵੀ ਪਾਉਣਾ ਸ਼ੁਰੂ ਕਰ ਦਿੱਤਾ। ਹਮਲਾ ਕਰਨ ਵਾਲੇ ਵਿਅਕਤੀਆਂ ਨੇ ਪੁਲਿਸ ਦੇ ਵੀ ਹਥਿਆਰ ਖੋ ਕੇ ਕੁਝ ਕੁ ਦੂਰੀ ਤੇ ਹੀ ਸੁੱਟ ਦਿੱਤੇ ਸੀ ਤੇ ਉੱਥੋਂ ਫਰਾਰ ਹੋ ਗਏ ਸੀ। ਇਸ ਤੋਂ ਬਾਅਦ ਕਹਾਣੀ ਨੇ ਇੱਕ ਨਵਾਂ ਮੋੜ ਲਿਆ। ਵਿੱਕੀ ਗੋਂਡਰ ਨੇ FB ਪੇਜ ਤੇ ਇੱਕ ਪੋਸਟ ਜ਼ਰੀਏ ਸੁੱਖੇ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ, ਜੋ ਕਿ ਸੁੱਖੇ ਦਾ ਬਹੁਤ ਹੀ ਖਾਸ ਮਿੱਤਰ ਹੋਇਆ ਕਰਦਾ ਸੀ। ਸੁੱਖ ਕਾਲੋਂ ਦੇ ਦੁਸ਼ਮਣਾਂ ਦੀ ਲਿਸਟ ਭਾਵੇਂ ਬਹੁਤ ਲੰਬੀ ਸੀ, ਪਰ ਉਸਤੇ ਕਈ ਦੋਸਤ ਅਜਿਹੇ ਵੀ ਸਨ ਜਿਨ੍ਹਾਂ ਨੇ ਕਿਹਾ ਕਿ ਮਾੜੇ ਟਾਈਮ ਤੇ ਹਮੇਸ਼ਾ ਸੁੱਖੇ ਨੇ ਉਹਨਾਂ ਦੀ ਮਦਦ ਕੀਤੀ। ਦੋਸਤੋ, ਇਹ ਸੀ ਸੁੱਖ ਕਾਲੋਂ ਦੇ ਜੀਵਨ ਤੇ ਇੱਕ ਵੀਡੀਓ। ਤੇ ਜੇ ਤੁਸੀਂ ਰੁਪਿੰਦਰ ਗਾਂਧੀ ਦੇ ਜੀਵਨ ਬਾਰੇ ਵੀ ਜਾਣਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਦਿੱਤੇ ਹੋਏ ਲਿੰਕ ਤੇ ਕਲਿੱਕ ਕਰਕੇ ਜਾਣ ਸਕਦੇ ਹੋ। ਤੇ ਦੋਸਤੋ, ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਹਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਹੀ ਆਪਣੇ ਚੈਨਲ ਟੌਪ 10 ਬੈਸਟ ਲਿਸਟ ਐਵਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਦੇਣੇ ਨਾ ਭੁੱਲਿਓ। ਧੰਨਵਾਦ।